ਮੈਡਮ ਜੀ, ਤੁਹਾਡੇ ਬੈਂਕ ਚ ਪਾਉਣ ਲੱਗਿਆ ਮੁਨਾਫਾ ਹੁੰਦਾ ਕਿ ਕੱਢਣ ਲੱਗਿਆ ਹੁੰਦਾ? ਨਾ ਪਾਉਣ ਨਾਲ ਨਾ ਕੱਢਣ ਨਾਲ, ਇਹ ਡਿਪੈਂਡ ਕਰਦਾ ਕਿ ਵਿੱਚ ਕਿੰਨੀ ਦੇਰ ਰੱਖਦੇ ਹੋ। ਅੱਛਾ, ਇੱਕ ਗੱਲ ਤੂੰ ਮੈਨੂੰ ਦੱਸ ਰੱਜੋ, ਕੱਲ ਕੀ ਤੇਰੇ ਕੰਨ ਚ ਖੁਸਰ ਫੁਸਰ ਕਰਦੀ ਪਈ ਸੀ? ਉਹਨੇ ਕੀ ਕਹਿਣਾ, ਮੈਨੂੰ ਕਹਿੰਦੇ ਪਏ ਸੀਗੇ ਮੇਰੇ ਬੰਦੇ ਦਾ ਤਾਂ ਦਿਮਾਗ ਹੀ ਬਹੁਤ ਮੋਟਾ ਵਾ ਤੇ ਤੇਰੇ ਦਾ ਵੀ ਮੋਟਾ ਵਾ। ਤੂੰ ਫਿਰ ਕੀ ਕਿਹਾ? ਮੈਂ ਕਿਹਾ ਨੀ, ਪਹਿਲਾਂ ਨੀ ਸੀ ਹੁੰਦਾ, ਹੁਣ ਉਹਦਾ ਵੀ ਬਹੁਤ ਮੋਟਾ ਹੋ ਗਿਆ ਵਾ। ਅੱਜ ਜਦੋਂ ਮੈਨੂੰ ਵਿਆਹਣ ਗਏ ਉੱਥੇ ਸਾਰੀਆਂ ਕੁੜੀਆਂ ਨੇ ਰੌਲਾ ਪਾਤਾ, ਅਸੀਂ ਲਾੜਾ ਦੇਖਣਾ ਲਾੜਾ ਦੇਖਣਾ। ਜਦੋਂ ਉਹਨਾਂ ਨੇ ਮੈਨੂੰ ਦੇਖਿਆ ਕਹਿੰਦੀਆਂ ਸ਼ਰੀਫਾਂ ਨੇ ਤਾਂ ਕੁੜੀ ਰੋੜ ਹੀ ਦਿੱਤੀ ਆ। ਦਿਲ ਕਰਤਾ ਹੈ ਯੇ ਜੋ ਦੋ ਚਾਰ ਲੋਕ ਮੇਰੀ ਵੀਡੀਓ ਪੇ ਆਤੇ ਹੈ, ਮੈਂ ਆਪਣੀ ਸਾਰੀ ਪ੍ਰੋਪਰਟੀ ਇਨਕੇ ਨਾਮ ਕਰ ਦੂੰ। ਹਾਂਜੀ, ਪਹਿਲੇ ਮੈਂ ਖਾਣਾ ਬਣਾਉਂਦੀ ਸਾਂ ਤੇ ਤੁਸੀਂ ਸਾਰਾ ਮੈਨੂੰ ਖਵਾਉਂਦੇ ਸੋ ਤੇ ਆਪ ਘੱਟ ਖਾਂਦੇ ਸੋ। ਹੁਣ ਮੈਂ ਖਾਣਾ ਬਣਾਉਂਦੀ ਆ ਤੇ ਤੁਸੀਂ ਸਾਰਾ ਖਾ ਜਾਂਦੇ, ਮੇਰੇ ਕੋਲ ਪੁੱਛਦੇ ਵੀ ਨਹੀਂ ਹੈ। ਇਹਦਾ ਮਕਸਦ ਮੁਹੱਬਤ ਖਤਮ ਹੋ ਗਈ ਹੈ। ਮੁਹੱਬਤ ਖਤਮ ਨਹੀਂ ਹੋਈ, ਹਾਂ ਤੈਨੂੰ ਖਾਣਾ ਬਣਾਉਣਾ ਹੀ ਹੁਣ ਆਇਆ।